ਹਾਂਜੀ ਦੋਸਤੋ ਮੇਰੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਪੁਲਿਸ ਭਰਤੀ 2023 ਦੇ ਸਬੰਧ ਦੇ ਵਿੱਚ ਬਿਲਕੁਲ ਨਵਾਂ ਅਤੇ ਤਾਜ਼ਾ ਅਪਡੇਟ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਬ ਇੰਸਪੈਕਟਰ ਅਤੇ ਕਨਸਟੇਬਲ ਭਰਤੀ ਵਾਲੇ ਜਰੂਰ ਇਹ ਵੀਡੀਓ ਦੇਖਣ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਪੂਰਾ ਨਵਾਂ ਅਪਡੇਟ ਜਾਰੀ ਕੀਤਾ ਗਿਆ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ 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 ਬੈੱਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਦ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਦ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਨੋਟੀਫਿਕੇਸ਼ਨ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੀ ਪੰਜਾਬ ਪੁਲਿਸ ਭਰਤੀ 2023 ਦੇ ਸਬੰਧ ਦੇ ਵਿੱਚ ਪਹਿਲਾਂ ਆਪਾਂ ਸਬ ਇੰਸਪੈਕਟਰ ਦੀ ਗੱਲ ਕਰਦੇ ਹਾਂ ਜੀ ਤੇ ਕਾਂਸਟੇਬਲ ਦੀ ਗੱਲ ਉਸ ਤੋਂ ਬਾਅਦ ਕਰਾਂਗੇ ਤੁਹਾਨੂੰ ਦੱਸ ਤੀ ਕਿ ਸਬ ਇੰਸਪੈਕਟਰ ਦੀਆਂ ਪੋਸਟਾਂ ਆਈਆਂ ਸੀ ਜੀ ਉਸ ਦੇ ਲਈ ਲਿਖਤੀ ਪ੍ਰੀਖਿਆ ਜੁਲਾਈ ਮਹੀਨੇ ਦੇ ਵਿੱਚ ਹਾਲੀ ਦੇ ਵਿੱਚ ਲਈ ਗਈ ਹੈ ਤੁਹਾਨੂੰ ਸਭ ਨੂੰ ਹੀ ਪਤਾ ਜੀ ਸ਼ਿਫਟਾਂ ਵਾਈਜ਼ ਇਹ ਪ੍ਰੀਖਿਆ ਲਈ ਗਈ ਜਿਸ ਦੇ ਵਿੱਚ ਪੇਪਰ 1 ਤੇ ਪੇਪਰ 2 ਹੋਏ ਸੀ ਉਸ ਦਿਸਵਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 3 ਤਰੀਕ ਦੇ ਲਗਭਗ ਜਾਨਕਿ 3 ਅਗਸਤ ਦੇ ਲਗਭਗ 3 ਅਗਸਤ 2023 ਦੇ ਲਗਭਗ ਜੋ ਤੁਹਾਡੀ ਆਨਸਰ ਕੀਜ਼ ਨੇ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ ਜੇ ਆਬਜੈਕਸ਼ਨ ਮੰਗੇਗੇ ਨੇ ਤੁਸੀਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਆਨਸਰ ਕੀ ਤੁਸੀਂ ਦੇਖ ਸਕੋਗੇ ਜੀ ਜਲਦੀ ਹੀ 3 ਤਰੀਕ ਤੱਕ ਜੀ ਆਬਜੈਕਸ਼ਨ ਜ ਹੋਣਗੀਆਂ ਤੇ ਨੈਕਸਟ ਡੇ ਉੱਤੇ ਆਬਜੈਕਸ਼ਨ ਕਲੋਜ਼ਿੰਗ ਡੇਟ ਰੱਖੀ ਗਈ ਹੈ ਸ਼ਾਇਦ ਤੁਸੀਂ ਚੈੱਕ ਕਰ ਲੈਣਾ ਜੀ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਹੁਣ ਆਪਾਂ ਕਾਂਸਟੇਬਲ ਦੀ ਗੱਲ ਕਰਦੇ ਆਂ ਜੋ ਕਾਂਸਟੇਬਲ ਐਗਜ਼ਾਮੀਨੇਸ਼ਨ ਹੋਣਾ ਹੈ ਜੀ ਕਾਂਸਟੇਬਲ ਦੀਆਂ ਪੋਸਟਾਂ ਵਾਸਤੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀਆਂ ਈਮੇਲਾਂ ਆਉਣੀਆਂ ਜੀ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਜੋ ਹੈ ਇਹਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਕਿ ਥਿਸ ਇਜ਼ ਟੂ ਇਨਫੋਰਮ ਯੂ 댓 ਦਾ ਐਗਜ਼ਾਮ ਡੇਟ ਫਾਰ ਯੋਰ ਅਪਲੀਕੇਸ਼ਨ ਸਬਮਿਟਡ ਫਾਰ ਦਾ ਪੋਸਟ ਆਫ ਕਾਂਸਟੇਬਲ ਇਨ ਡਿਸਟ੍ਰਿਕਟ ਪੁਲਸ ਕੈਡਰੇ ਆਫ ਪੰਜਾਬ ਪੁਲਿਸ 2023 24 ਅਗਸਟ 2023 ਇਨ੍ਹਾਂ ਵੱਲੋਂ ਮੈਂਸ਼ਨ ਕੀਤਾ ਗਿਆ ਹੈ ਕਿ 24 ਅਗਸਤ 2023 ਨੂੰ ਤੁਹਾਡਾ ਪੇਪਰ ਹੈ ਅਲੱਗ-ਅਲੱਗ ਡੇਟਸ ਜਾਰੀ ਹੋ ਸਕਦੀਆਂ ਨੇ ਤੁਸੀਂ ਆਪਣੀ ਈਮੇਲ ਦੇ ਉੱਤੇ ਚੈੱਕ ਕਰ ਲੈਣਾ ਤੁਹਾਨੂੰ ਕਿਹੜੀ ਡੇਟ ਮਿਲੀ ਹੈ ਤੁਹਾਡਾ ਟੈਸਟ ਟੈਸਟ ਕਿਹੜੀ ਡੇਟ ਨੂੰ ਹੈਗਾ ਪਲੀਜ਼ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਣਾ ਜੀ ਅਸੀਂ ਦੇਖਾਂਗੇ ਵੀ ਕਦੋਂ ਤੋਂ ਕਦੋਂ ਲੈ ਕੇ ਕਦੋਂ ਤੱਕ ਇਹ ਪੇਪਰ ਹੋਣ ਜਾ ਰਹੇ ਨੇ ਇਨ੍ਹਾਂ ਵੱਲੋਂ ਲਿਖਿਆ ਗਿਆ ਹੈ ਜੀ ਕਿ ਜੋ ਐਡਮਿਟ ਕਾਰਡ ਨੇ ਉਹ ਲਾਈਵ ਹੋ ਜਾਣਗੇ ਤੇ ਤੁਸੀਂ ਡਾਊਨਲੋਡ ਕਰ ਸਕੋਗੇ ਜੀ ਪੰਜਾਬ ਪੁਲਿਸ ਦੇ ਪੋਰਟਲ ਦੇ ਉੱਤੇ ਐਤਵਾਰ ਵਾਲੇ ਦਿਨ ਜੀ ਅਗਸਤ 20 2023 ਆਫਟਰ ਲੌਗਇਨ ਲੌਗਇਨ ਕਰਨ ਤੋਂ ਬਾਅਦ ਜੀ ਮਤਲਬ ਕਿ ਜੀ ਇਸ ਵਿੱਚ ਨਹੀਂ ਤੁਹਾਡਾ ਜੋ ਹੈ ਪੰਜਾਬ ਪੁਲਿਸ ਦਾ ਜੋ ਕਾਂਸਟੇਬਲ ਦਾ ਪੇਪਰ ਹੋਣ ਜਾ ਰਿਹਾ ਹੈ ਜਲਦੀ ਤੋਂ ਜਲਦੀ ਜਿੰਨਾ ਉਮੀਦਵਾਰਾਂ ਨੇ ਇਸ ਲਈ ਅਪਲਾਈ ਕੀਤਾ ਸੀ ਉਹ ਚੈੱਕ ਕਰ ਲੈਣ ਜੀ ਤੇ ਈਮੇਲ ਆਈ ਹੋਏਗੀ ਤੇ ਉਹਨਾਂ ਨੂੰ ਟੈਸਟ ਡੇਟ ਦਿਖਾਈ ਦੇਵੇਗੀ ਆਪਣੀ ਈਮੇਲ ਦੇ ਵਿੱਚ ਅਤੇ ਤੁਸੀਂ ਉਸ ਤੋਂ 3-4 ਦਿਨ ਪਹਿਲਾਂ ਜੀ ਆਪਣਾ ਡਾਊਨਲੋਡ ਕਰ ਲੈਣਾ ਜੀ ਐਡਮਿਟ ਕਾਰਡ ਠੀਕ ਹੈ ਜੀ ਐਸੇ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣੇ ਜਾਣਕਾਰੀ ਲੱਭ ਕੇ ਲੈ ਕੇ ਆਉਣੇ ਆ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ